ਯਾਦ ਵੀ ਕੀਤਾ ਹੈ। ਦੱਸਦੇ ਕਿ ਦੇਸ਼ ਭਰ ਦੇ ਵਿੱਚ ਵੱਖ ਵੱਖ ਥਾਵਾਂ ਤੇ ਰੱਖੜੀ ਦਾ ਇਹ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਤੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੀ ਛੋਟੇ ਸਕੂਲੀ ਬੱਚਿਆਂ ਤੋਂ ਰੱਖੜੀ ਬਣਵਾਉਂਦੇ ਨਜ਼ਰ ਆਏ ਨੇ। ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਸਕੂਲੀ ਵਿਦਿਆਰਥਣਾਂ ਨੇ ਜਿਹੜੀਆਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲਬਾਤ ਵੀ ਕਰ ਰਹੀਆਂ ਨੇ ਤੇ ਉਹਨਾਂ ਦੇ ਗੁੱਟ ਤੇ ਰੱਖੜੀ ਵੀ ਬੰਨ ਰਹੀਆਂ ਨੇ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਦਿੱਲੀ ਦੇ ਵਿੱਚ ਇਹ ਸਮਾਗਮ ਹੋਇਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਕੂਲੀ ਵਿਦਿਆਰਥਣਾਂ ਤੋਂ ਛੋਟੇ ਬੱਚਿਆਂ ਤੋਂ ਰੱਖੜੀ ਬਣਵਾਉਂਦੇ ਨਜ਼ਰ ਆਏ ਨੇ। ਗੱਲਬਾਤ ਉਹਨਾਂ ਦੇ ਨਾਲ ਕੀਤੀ ਆ, ਹਰ ਬੱਚੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਵਿਦਿਆਰਥਣਾਂ ਦੀ ਸੋਚ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਨੇ, ਕਿਵੇਂ ਅੱਗੇ ਵਧਣਾ ਚਾਹੁੰਦੇ ਨੇ, ਕੀ ਚੇਂਜਿਸ ਚਾਹੁੰਦੇ ਨੇ ਦੇਸ਼ ਦੇ ਵਿੱਚ। ਤਾਂ ਪ੍ਰਧਾਨ ਮੰਤਰੀ ਮੋਦੀ ਦਾ ਗੁੱਟ ਤੁਸੀਂ ਦੇਖ ਸਕਦੇ ਹੋ, ਪੂਰੀ ਬਾਂਹ ਜਿਹੜੀ ਹੈ ਉਹ ਰੱਖੜੀਆਂ ਦੇ ਨਾਲ ਕਵਰ ਹੋਈ ਹੋਈ ਨਜ਼ਰ ਆ ਰਹੀ ਹੈ, ਜਿਸ ਦੇ ਵਿੱਚ ਵਾਤਾਵਰਣ ਦੀ ਵੀ ਗੱਲ ਹੋ ਰਹੀ ਹੈ। ਇੱਕ ਤਸਵੀਰ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਇੱਕ ਪੌਦਾ ਲਾ ਰਹੇ ਨੇ, ਉਹ ਵੀ ਇਸ ਰੱਖੜੀ 'ਤੇ ਨਜ਼ਰ ਆ ਰਹੀ ਹੈ। ਹੋਰ ਕੀ ਗੱਲਬਾਤ ਕੀਤੀ ਹੈ ਇਹਨਾਂ ਬੱਚਿਆਂ ਦੇ ਨਾਲ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਉਧਰ ਹਰਿਆਣਾ ਦੇ ਚਰਖੀ ਦਾਦਰੀ ਦੇ ਵਿੱਚ ਰੈਸਲਰ ਵਿਨੇਸ਼ ਫੋਗਾਟ ਨੇ ਆਪਣੇ ਭਰਾ ਹਰਵਿੰਦਰ ਨੂੰ ਰੱਖੜੀ ਬੰਨ੍ਹੀ ਹੈ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਹੈ, ਜਿਸ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਸਜਾ ਰਹੀ ਹੈ ਤੇ ਤੋਹਫੇ ਦੇ ਵਜੋਂ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਸ਼ਗਨ ਦੇ ਵਜੋਂ ਪੈਸੇ ਵੀ ਦਿੱਤੇ ਗਏ ਨੇ। ਤਾਂ ਹਰਿਆਣਾ ਦੇ ਚਰਖੀ ਦਾਦਰੀ ਦੇ ਵਿੱਚ ਰਹਿੰਦੇ ਨੇ ਰੈਸਲਰ ਵਿਨੇਸ਼ ਫੋਗਾਟ, ਜਿੱਥੇ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹੀ ਹੈ। ਤਾਂ ਦੇਸ਼ ਭਰ ਦੇ ਵਿੱਚ ਜਿੱਥੇ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ, ਪਵਿੱਤਰ ਤਿਉਹਾਰ ਭੈਣ ਅਤੇ ਭਰਾ ਦੇ ਰਿਸ਼ਤੇ ਦਾ ਪ੍ਰਤੀਕ, ਤੇ ਉੱਧਰ ਵਿਨੇਸ਼ ਫੋਗਾਟ ਵੀ ਆਪਣੇ ਭਰਾ ਦੇ ਰੱਖੜੀ ਬੰਨ੍ਹਦੇ ਨਜ਼ਰ ਆਏ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਅਤੇ ਨਾਭਾ ਦੀਆਂ, ਜਿੱਥੇ ਜੇਲ੍ਹਾਂ 'ਚ ਬੰਦ ਭਰਾਵਾਂ ਨੂੰ ਵੀ ਉਹਨਾਂ ਦੀਆਂ ਭੈਣਾਂ ਨੇ ਰੱਖੜੀ ਬੰਨ੍ਹੀ ਹੈ। ਬਹੁਤ ਸਾਰੇ ਭਰਾ ਜਿਹੜੇ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ। ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਇਸ ਦੌਰਾਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਨਜ਼ਰ ਆਈਆਂ ਨੇ ਅਤੇ ਭਾਵੁਕ ਵੀ ਹੋਈਆਂ ਨੇ, ਕਿਉਂਕਿ ਉਹਨਾਂ ਦੇ ਭਰਾ ਜੇਲ੍ਹ ਦੇ ਵਿੱਚ ਨੇ ਅਤੇ ਅਰਦਾਸ ਉਹਨਾਂ ਦੀ ਉਹੀ ਹੈ ਕਿ ਕਦੋਂ ਇਹ ਭਰਾ ਜੇਲ੍ਹ ਦੇ ਵਿੱਚੋਂ ਬਾਹਰ ਆਉਣ, ਜੇ ਕੋਈ ਗਲਤ ਰਸਤੇ ਪਿਆ ਉਹ ਗਲਤ ਰਸਤਾ ਛੱਡ ਕੇ ਸਹੀ ਰਸਤੇ 'ਤੇ ਆਵੇ। ਤਾਂ ਹੁਸ਼ਿਆਰਪੁਰ ਅਤੇ ਨਾਭਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਚੰਗੇ ਪ੍ਰਬੰਧ ਕੀਤੇ ਗਏ ਨੇ, ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਅਤੇ ਉਸ ਦੌਰਾਨ ਜਿਹੜੇ ਜੇਲ੍ਹ ਦੇ ਵਿੱਚ ਬੰਦ ਕੈਦੀ ਨੇ ਕਿਸੇ ਨਾ ਕਿਸੇ ਕਾਰਨ ਕਰਕੇ, ਕਿਸੇ ਅਪਰਾਧ ਕਰਕੇ ਜਾਂ ਹੋਰ ਕਾਰਨ ਕਰਕੇ, ਉਹਨਾਂ ਦੀਆਂ ਭੈਣਾਂ ਵੀ ਰੱਖੜੀ ਬੰਨ੍ਹਣ ਦੇ ਲਈ ਪਹੁੰਚੀਆਂ ਨੇ। ਇਹ ਦਿਨ ਹੁੰਦਾ ਭੈਣ ਅਤੇ ਭਰਾ ਦੇ ਇੱਕ ਪਵਿੱਤਰ ਰਿਸ਼ਤੇ ਦਾ, ਅਤੇ ਵੱਖ ਵੱਖ ਥਾਵਾਂ 'ਤੇ ਜਿੱਥੇ ਵੀ ਭੈਣ ਅਤੇ ਭਰਾ ਜਿਹੜੇ ਨੇ ਉਹ ਮਿਲਦੇ ਨੇ, ਇਕੱਠੇ ਹੁੰਦੇ ਨੇ, ਅਤੇ ਚਾਹੇ ਕੋਈ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਚਾਹੇ ਕੋਈ ਵਿਦੇਸ਼ ਦੇ ਵਿੱਚ, ਉਸ ਨੂੰ ਵੀ ਰੱਖੜੀ ਭੇਜੀ ਜਾਂਦੀ ਹੈ।
ਜੀ ਕਿਹੋ ਜਿਹਾ ਜੇਲ੍ਹ ਦਾ ਪ੍ਰਬੰਧ ਸੀ? ਬਹੁਤ ਵਧੀਆ ਪ੍ਰਬੰਧ ਸੀ, ਬਿਠਾ ਕੇ ਰੱਖੜੀ ਬਣਾਈ ਇਹਨਾਂ ਨੇ, ਥੋੜ੍ਹਾ ਸਿਸਟਮ ਸਹੀ ਕੀਤਾ ਹੋਇਆ ਸਾਰਾ ਕੁਛ ਇਹਨਾਂ ਦੀ। ਕਿੰਨੀ ਕੁ ਦੇਰ ਤੋਂ ਬਾਅਦ ਸੀ ਰੱਖੜੀ ਜੀ? ਬਹੁਤ ਟਾਈਮ ਤੋਂ, ਸਾਰ ਇੱਕ ਸਾਲ ਹੋ ਜਾਂਦਾ, ਸਾਲ ਬਾਅਦ ਇਹ ਤਿਉਹਾਰ ਆਉਂਦਾ ਹੈ ਸਾਰੇ। ਜੀ ਜੀ ਜੀ, ਜੇਲ੍ਹ ਪ੍ਰਬੰਧ ਅੱਜ ਬਿਠਾ ਕੇ ਗੱਲਾਂ ਵੀ ਕਰਨ ਦਿੱਤੀਆਂ, ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ? ਕੀ ਕਹਿਣਾ ਚਾਹੋਗੇ ਜੇਲ੍ਹ ਪ੍ਰਬੰਧ ਦੇ ਲਈ? ਜੇਲ੍ਹ ਪ੍ਰਬੰਧ ਬਹੁਤ ਚੰਗੇ ਆ, ਟੇਕ ਕੇਅਰ ਕਰਦੇ, ਉਹਨਾਂ ਦੀ ਪੂਰੇ ਧਿਆਨ ਰੱਖਦੇ ਆ, ਇੱਦਾਂ ਨਹੀਂ ਹੈਗਾ ਕਿ ਇਹਨਾਂ ਸੇਫਟੀ ਲਈ ਆ, ਜੋ ਕੁਛ ਕਰਦੇ ਸਹੀ ਕਰਦੇ ਆ ਇਹਨਾਂ ਦੇ। ਬਹੁਤ ਵਧੀਆ ਜੀ, ਧੰਨਵਾਦ ਇਹਨਾਂ ਦਾ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਬਿਠਾ ਕੇ ਇਹਨਾਂ ਨੇ ਤੁਹਾਨੂੰ ਰੱਖੀ ਬਣਾਈ, ਕਿਸ ਤਰ੍ਹਾਂ ਕੀਤਾ? ਬਹੁਤ ਵਧੀਆ ਜੀ। ਕੋਈ ਤੰਗੀ ਆਈ ਹੋਵੇ ਜਾਂ ਤੁਹਾਨੂੰ ਮਿਲਣੇ ਨੂੰ ਦਿੱਤਾ ਹੋਵੇ ਕਿਦਾਂ ਦਾ? ਕਿਦਾਂ ਬਹੁਤ ਵਾਧੂ ਆ ਜੀ ਇਹਨਾਂ ਦਾ, ਅਸੀਂ ਸਾਰਿਆਂ ਦਾ ਸਟਾਫ ਦਾ ਧੰਨਵਾਦ ਕਰ। ਕਿੰਨਾ ਟਾਈਮ ਲਾਇਆ ਰੱਖੀ ਬੰਨ ਨੂੰ, ਕਿੰਨੀ ਦੇਰ ਬੈਠੇ ਰਹੇ ਭਰਾ ਆਪਣੇ ਕੋਲ? ਨਹੀਂ, ਮੇਰਾ ਮੁੰਡਾ ਜੀ, ਇਹ ਭਤੀਜੀ ਨੇ ਰੱਖੀ ਬੰਦੀ ਹੈ। ਬਹੁਤ ਅੱਛੇ ਪ੍ਰਬੰਧ ਕੀਤੇ ਗਏ, ਕਿਸੇ ਭੈਣ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ, ਸਾਰੇ ਗਰੀਬ ਵੀਰਾਂ ਨੂੰ ਅੰਦਰ ਬਿਠਾ ਕੇ ਡਿਊਟੀ ਬਿਠਾ ਕੇ ਅੱਛੀ ਤਰ੍ਹਾਂ ਰੱਖੀ ਬਣਵਾਈ ਜਾ ਰਹੀ ਹੈ। ਕਿੰਨੇ ਤੋਂ ਕਿੰਨੇ ਦਾ ਸਮਾਂ? ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਹੈਗੇ 5 ਵਜੇ ਤੱਕ। ਅਤੇ ਹੁਣ ਤੱਕ ਕਿੰਨੇ ਕੁ ਲੋਕ ਆ ਚੁੱਕੇ ਆ? 50 ਬੰਦੇ ਆ ਚੁੱਕੇ, ਸ਼ਾਮ ਤੱਕ ਆਈ ਜਾਣੇ ਜਿੰਨੇ ਵੀ ਬਿਠਾ ਕੇ। ਕੁਛ ਇੱਦਾਂ ਵੀ ਲੇਡੀਜ਼ ਕਹਿੰਦੀ ਵੀ ਜਿਹਨਾਂ ਨੂੰ ਭਰਾਵਾਂ ਨਾਲ ਮਿਲਣ ਦਿੱਤਾ ਜਾ ਰਿਹਾ ਅੱਜ ਲੇਡੀਜ਼ ਨੂੰ? ਹਾਂ, ਕੁਛ ਲੇਡੀਜ਼ ਕਹਿੰਦੀ ਹੈਗੀ ਸਾਡੇ ਕੋਲ, ਜਿਹਨਾਂ ਭਰਾਵਾਂ ਨਾਲ ਬੁਲਾਵਾਂਗੇ। ਨਸ਼ੇ ਕਰਦਾ ਸੀ, ਉਹ ਨਸ਼ੇ ਕਿਸੇ ਨੇ ਭੇਜ ਦਿੱਤਾ ਜੀ, ਵੀ ਨਸ਼ਾ ਦੇਣ, ਉਹ ਇਹਨੂੰ ਪਤਾ ਨਹੀਂ ਸੀ, ਉਹ ਫੜਿਆ ਗਿਆ ਨਸ਼ੇ ਦੀ ਗੋਲੀਆਂ ਦੀ ਉਹਦੇ ਕੋਲ। ਤੁਹਾਨੂੰ ਲੱਗਦਾ ਵੀ ਗਲਤ ਸੰਗਤੀ ਦਾ ਸ਼ਿਕਾਰ ਹੋਇਆ ਤਾਂ ਕਰਕੇ ਜੇਲ੍ਹ 'ਚ ਆਉਣਾ ਪਿਆ? ਗਲਤ ਦਾ ਹੀ ਹੋਇਆ ਵੀਰ ਜੀ, ਤਾਂ ਹੀ ਜੇਲ੍ਹ 'ਚ ਆਇਆ। ਹਾਂਜੀ, ਨਹੀਂ ਵੀਰੇ, ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਜੀ, ਕਿਉਂਕਿ ਜਿਹੜੀਆਂ ਭੈਣਾਂ ਭਾਈਆਂ ਨੂੰ ਘਰ ਦੱਸਦੀਆਂ ਨੇ ਵੀਰੇ, ਉਹ ਉਰੇ ਆ ਕੇ ਆਪਣਾ ਉਹ ਭਾਈ ਨਾਲ ਮਿਲ ਕੇ ਰੱਖੜੀ ਦਾ ਤਿਉਹਾਰ ਮਨਾਉਂਦੇ, ਬਹੁਤ ਵਧੀਆ ਧੰਨਵਾਦ ਕਰਦੇ ਵੀਰੇ ਪੁਲਿਸ ਪ੍ਰਸ਼ਾਸਨ। ਪਰਿਵਾਰ ਨੂੰ ਪਿੱਛੇ ਔਖਾ ਵੀ ਹੁੰਦਾ? ਬਹੁਤ ਔਖਾ ਵੀਰੇ, ਬਹੁਤ ਔਖਾ ਗਾ, ਕਿੱਥੇ ਅਸੀਂ ਘਰ ਮਨਾਉਣਾ ਸੀ ਵੀਰੇ ਤਿਉਹਾਰ, ਕਿੱਥੇ ਅੱਜ ਅਸੀਂ ਉਰੇ ਬੈਠੇ। ਠੀਕ ਆ, ਸਾਰੇ ਪ੍ਰਸ਼ਾਸਨ ਵਧੀਆ ਆ ਉਰੇ, ਬਹੁਤ ਵਧੀਆ ਕੀਤਾ ਇਹਨਾਂ ਨੇ, ਮਿਠਾਈ ਮਿਠਾਈ ਦਾ ਪ੍ਰਬੰਧ ਕੀਤਾ ਹੋਇਆ ਖੁਦ ਹੀ ਇਹਨਾਂ ਨੇ, ਬਹੁਤ ਵਧੀਆ ਕੀਤਾ ਹੋਇਆ ਜੀ, ਧੰਨਵਾਦ ਇਹਨਾਂ ਦਾ। ਲੜਾਈ ਝਗੜੇ ਦੇ ਉਹਦੇ ਵਿੱਚ ਆ ਗਏ ਜੀ, ਹੁਣ ਪਛਤਾਵਾ ਹੈਗਾ ਕਿ ਪਰਿਵਾਰ ਤੋਂ ਦੂਰ? ਹਾਂ ਜੀ, ਬਹੁਤ ਜ਼ਿਆਦਾ ਜੀ ਪਛਤਾਵਾ, ਬਹੁਤ ਜ਼ਿਆਦਾ ਜੀ। ਤਾਂ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ ਰਹੀਆਂ ਨੇ, ਅਤੇ ਉੱਧਰ ਫਰੀਦਾਬਾਦ ਦੇ ਵਿੱਚ ਇੱਕ ਭੈਣ ਨੇ ਆਪਣੇ ਭਰਾ ਨੂੰ ਬੇਹੱਦ ਅਨਮੋਲ ਤੋਹਫਾ ਦਿੱਤਾ ਹੈ। ਭੈਣ ਨੇ ਆਪਣੀ ਕਿਡਨੀ ਦੇ ਕੇ ਆਪਣੇ ਭਰਾ ਦੀ ਜਾਨ ਬਚਾਈ ਹੈ। ਦੱਸ ਦਈਏ ਕਿ ਮਹਿਲਾ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਛੋਟੇ ਭਰਾ ਦੀ ਜਾਨ ਬਚਾ ਕੇ ਇਹ ਭੈਣ ਬੇਹੱਦ ਖੁਸ਼ ਨਜ਼ਰ ਆਈ ਹੈ। ਦੱਸ ਦਈਏ ਕਿ ਭਰਾ ਨੂੰ ਕਿਡਨੀ ਲੈਣ ਲਈ ਕਾਫ਼ੀ ਮੁਸ਼ਕਿਲ ਦੇ ਨਾਲ ਮਨਾਇਆ। ਅਰੋਪਾ ਨਾਂ ਦੀ ਇਹ ਔਰਤ, ਜਿਸ ਦਾ ਕਹਿਣਾ ਹੈ ਕਿ 2023 ਦੇ ਵਿੱਚ ਉਸਦੇ ਭਰਾ ਦੀ ਕਿਡਨੀ ਖਰਾਬ ਹੋਣ ਬਾਰੇ ਉਸ ਨੂੰ ਪਤਾ ਲੱਗਿਆ, ਜਿਸ ਤੋਂ ਬਾਅਦ ਡਾਇਲਿਸਿਸ ਸ਼ੁਰੂ ਹੋਇਆ ਅਤੇ ਉਸਨੇ ਕਿਹਾ ਕਿ ਮੈਂ ਆਪਣੇ ਭਰਾ ਨੂੰ ਕਿਡਨੀ ਦੇਵਾਂਗੀ। ਹਾਲਾਂਕਿ ਭਰਾ ਇਸ ਤੋਂ ਇਨਕਾਰ ਕਰ ਰਿਹਾ ਸੀ, ਪਰ ਇਸ ਦੇ ਬਾਵਜੂਦ ਇਸ ਵੱਡੀ ਭੈਣ ਨੇ ਆਪਣੇ ਛੋਟੇ ਭਰਾ ਨੂੰ ਕਿਡਨੀ ਦਿੱਤੀ, ਉਸ ਦੀ ਜਾਨ ਬਚਾਈ, ਅਤੇ ਅਜਿਹਾ ਅਨਮੋਲ ਤੋਹਫਾ ਕੋਈ ਨਹੀਂ ਦੇ ਸਕਦਾ, ਤਾਂ ਇੱਕ ਮਿਸਾਲ ਕਾਇਮ ਕੀਤੀ ਹੈ। ਫਰੀਦਾਬਾਦ ਤੋਂ ਇਹ ਖਬਰ, ਜਿੱਥੇ ਇੱਕ ਭੈਣ ਨੇ ਆਪਣੇ ਭਰਾ ਨੂੰ ਰੱਖੜੀ ਦੇ ਮੌਕੇ 'ਤੇ ਇਹ ਬੇਹੱਦ ਕੀਮਤੀ ਗਿਫਟ ਦਿੱਤਾ, ਆਪਣੀ ਕਿਡਨੀ ਹੀ ਆਪਣੇ ਭਰਾ ਨੂੰ ਦੇ ਦਿੱਤੀ ਅਤੇ ਉਸਦੀ ਜਾਨ ਬਚਾਈ ਹੈ। ਪਤਾ ਲਗਾ ਤੋ ਕਿਤਨੇ ਦਿਨ ਲਗੇ ਆ, ਕੈਸੇ ਆਪਣੇ ਆਪਣੇ ਆਪ ਕੋ ਇਸ ਤਰ੍ਹਾਂ ਸੇ ਤਿਆਰ? ਨਹੀਂ, ਮੁਝੇ ਤੋ ਇੱਕ ਦਿਨ ਪਹਿਲੇ ਪਤਾ ਲਗਾ, ਦੂਸਰੇ ਦਿਨ ਮੈਨੇ ਕਹਿ ਦਿਆ ਤਾ ਭਾਈ ਕਿਡਨੀ ਕੀ ਪ੍ਰੋਬਲਮ ਹੈ ਤੋ ਮੈਂ ਦੂੰਗੀ, ਬੇਫਿਕਰ ਰਹਿਣਾ। ਵੋ ਯਹੀ ਥੋੜ੍ਹਾ ਘਬਰਾ ਰਹਾ ਥਾ, ਨਹੀਂ ਨਹੀਂ ਨਹੀਂ, ਮੈਨੇ ਕਹਾ ਮੈਂ ਤਿਆਰ ਹੂੰ, ਜਬ ਮੈਨੇ ਮੂੰਹ ਸੇ ਵਾਦਾ ਕਰਾ ਤੋ ਪੂਰਾ ਕਰੂੰਗੀ, ਬਸ ਆਪਣੀ ਖੁਸ਼ੀ ਸੇ ਦੀ ਹੈ ਮੈਨੇ। ਕਿਤਨੇ ਬੱਚੇ ਆਪਕੇ? ਦੋ। ਹਾਂਜੀ, ਤੋ ਬੱਚੋਂ ਸੇ ਕੋਈ ਬਾਤ ਕੀ, ਪਤੀ ਸੇ ਕੋਈ ਬਾਤ ਕੀ? ਪਤੀ ਤੋ ਨਹੀਂ ਹੈ, ਬੱਚੋਂ ਨੇ ਕਹਿ ਦਿਆ ਹਮੇ ਕੋਈ ਇਤਰਾਜ਼ ਨਹੀਂ ਹੈ, ਤੋ ਉਹਨਾਂ ਨੇ ਕਹਾ ਹਮੇ ਕੋਈ ਇਤਰਾਜ਼ ਨਹੀਂ, ਹਮ ਆਪਣੀ ਮੰਮੀ ਕੋ ਦੇਖਭਾਲ ਕਰੇਂਗੇ,
फिर मेरी हिम्मत और भी बन गई। बस मेरा भाई सलामत रहे और मुझे कुछ नहीं चाहिए। राखी का त्यौहार है, आपने इतना बड़ा गिफ्ट दिया भाई को। खुशी से दिया है, देख नहीं रहे मैं कितनी खुश हूँ, आपको दिखाई भी दे रहा होगा। ललित जी क्या प्रॉब्लम थी आपको? मेरे को सुबह नाश्ता करते उल्टी आती थी, फिर मैंने अपना चेकअप कराया, मुझे पता चला मेरा क्रिएटिन 12.7 है। अच्छा। फिर मैं डॉक्टर से सलाह ली, जिन्होंने मुझे बताया कि आपकी किडनियों में दिक्कत है। आपकी एज कितनी है? 52 ईयर। 52 ईयर। और आपको ये दिक्कत कब से थी? ये मेरे को 2023 14 जनवरी को पता चला। अच्छा। इससे पहले कभी आपने कोई चेकअप नहीं करवाया? नहीं, नहीं। अच्छा। कोई सिम्टम्स रहे हो इससे पहले? बस उल्टी आती थी सुबह और पेट में कब्ज होती थी बस। अच्छा। फिर क्या हुआ, अब क्या किया आपने? ट्रांसप्लांट कराया है? हाँ जी, एक साल से मैं डायलिसिस पे चल रहा था, फिर मेरे को मेरी बहन ने हिम्मत बंधाई, फिर मेरे को किडनी मैंने ट्रांसप्लांट कराई। True Homes near Mohali Airport, call 920749207. इस न्यूज हेडलाइंस के प्रायोजक एरोट्रो होम्स नियर मोहाली एयरपोर्ट, कॉल 9207492079207।